ਐਸਾ ਪਾਉਂ ਟਿਕਾਇਆ ਏ ਦੀ ਧਰਤੀ ਨੂੰ ਪੌਂਟਾ ਸਾਹਿਬ ਬਣਾਇਆ ਏ ਦੀ ਧਰਤੀ ਨੂੰ ਪੌਂਟਾ ਸਾਹਿਬ ਬਣਾਇਆ ਮਾਣ ਪੌਂਟੇ ਦਾ ਵਧਾਇਆ ਮਾਣ ਪੌਂਟੇ ਦਾ ਵਧਾਇਆ ਦਸਵੰਧ ਜੀਵਨ ਦਾ ਗੁਰਾਂ ਇੱਥੇ ਹੀ ਬਿਤਾਇਆ ਸਿਰ ਗੁਰਾਂ ਨੂੰ ਚੁਕਾ ਲਈ ਪੌਂਟੇ ਦੀ ਧਰਤੀ ਦੇ ਆਓ ਦਰਸ਼ਨ ਪਾ ਲਈ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਇਸ ਦਰ ਮੱਥਾ ਟੇਕ ਕੇ ਭਾਗ ਆਪਣੇ ਜਗਾਉਂਦੇ ਨੇ ਕੀਤੀ ਗੱਲ ਬੜੀ ਢੰਗ ਦੀ ਕੀਤੀ ਗੱਲ ਬੜੀ ਢੰਗ ਦੀ ਹੁਕਮ ਦੀ ਬਦੀ ਜਮਨਾ ਇੱਥੋਂ ਚੁੱਪ ਹੋ ਕੇ ਲੰਘਦੀ ਧੰਨਵਾਦ ਜੀ ਹੁਕਮ ਦੀ ਬਦੀ ਜਮਨਾ ਇੱਥੋਂ ਚੁੱਪ ਹੋ ਕੇ ਲੰਘਦੀ ਇੱਥੇ ਪੌਂਟਾ ਸਾਹਿਬ ਦੀ ਗੱਲ ਹੁਣ ਕਲਗੀਧਰ ਪਾਤਸ਼ਾਹ ਦੀ ਗੱਲ ਜੋ ਕੀਤੀ ਨਹੀਂ ਜਾ ਸਕਦੀ ਪਰ ਕਰਨ ਦੀ ਕੋਸ਼ਿਸ਼ ਕਰਾਂਗੇ ਮਾਂ ਗੁਜਰੀ ਦੇ ਲਾਲ ਦੀਆਂ ਸਾਰੇ ਅਸੀਂ ਉਹਨਾਂ ਦੀ ਗੱਲਾਂ ਕਰਨ ਵਾਸਤੇ ਆਏ ਹਨ ਮਾਂ ਗੁਜਰੀ ਦੇ ਲਾਲ ਦੀਆਂ ਘਰ ਘਰ ਗੱਲਾਂ ਹੁੰਦੀਆਂ ਇਸ ਸਾਹਿਬੇ ਕਮਾਲ ਦੀਆਂ ਘਰ ਘਰ ਗੱਲਾਂ ਹੁੰਦੀਆਂ ਇਸ ਸਾਹਿਬੇ ਕਮਾਲ ਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ ਦੋ ਤਿੰਨ ਗੱਲਾਂ ਹੈ ਜੀ ਪੱਥਰ ਦਿਲ ਵੀ ਪੁੱਛਦੇ ਨੇ ਪੱਥਰ ਦਿਲ ਵੀ ਪੁੱਛਦੇ ਨੇ ਕਿਹੜਾ ਸੁੱਤਾ ਕੰਡਿਆਂ ਤੇ ਤਾਰੇ ਅੰਬਰਾਂ ਤੋਂ ਪੁੱਛਦੇ ਨੇ ਕਿਹੜਾ ਸੁੱਤਾ ਕੰਡਿਆਂ ਤੇ ਤਾਰੇ ਅੰਬਰਾਂ ਤੋਂ ਪੁੱਛਦੇ ਨੇ ਕਹਾਣੀ ਪੁੱਛਦੇ ਨੇ ਸਾਰੇ ਪਰ ਦੱਸੀ ਜਾਂਦੀ ਨਾ ਕਹਾਣੀ ਦੱਸੀ ਜਾਂਦੀ ਨਾ ਕਹਾਣੀ ਸਭ ਕੁਛ ਵਾਰ ਸੁੱਤਾ
ਇਹ ਤਾਂ ਪੁੱਤਰਾਂ ਦਾ ਦਾਨੀ ਸਭ ਕੁਛ ਵਾਰ ਸੁਤਾ ਇਹ ਤਾਂ ਪੁੱਤਰਾਂ ਦਾ ਦਾਨੀ ਇਹਦੇ ਦਿਸਦੇ ਨੇ ਬਾਲ ਨਹੀਂ ਇਹਦੇ ਦਿਸਦੇ ਨੇ ਬਾਲ ਨਹੀਂ ਜਿੱਥੇ ਲਾਲਾਂ ਖੂਨ ਡੋਲਿਆ ਭੁੱਲ ਸਕੇ ਚਮਕੌਰ ਨਹੀਂ ਜਿੱਥੇ ਲਾਲਾਂ ਖੂਨ ਡੋਲਿਆ ਭੁੱਲ ਸਕੇ ਸਰਹੰਦ ਨਹੀਂ ਇਹ ਤਾਂ ਚੰਦ ਅਸਮਾਨਾਂ ਦਾ ਇਹ ਤਾਂ ਚੰਦ ਅਸਮਾਨਾਂ ਦਾ ਯੁੱਗ ਪਲਟਾਊ ਸੂਰਮਾ ਇਹ ਤਾਂ ਲਾੜਾ ਕੁਰਬਾਨੀ ਦਾ ਯੁੱਗ ਪਲਟਾਊ ਸੂਰਮਾ ਇਹ ਤਾਂ ਲਾੜਾ ਕੁਰਬਾਨੀ ਦਾ ਇਹ ਥੋੜ੍ਹੀ ਜਿਹੀ ਉਪਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੁਣ ਕਵਿਤਾ ਦੀ ਅਤੇ ਕਵੀ ਦੀ ਉਪਮਾ ਦੋ ਮਿੰਟ ਵਿੱਚ ਕਵੀ ਇੱਥੇ ਜੋ ਬੁਲਾਏ ਨੇ ਕਵੀ ਇੱਥੇ ਜੋ ਬੁਲਾਏ ਨੇ ਕਲਮ ਦੇ ਸਾਰੇ ਹੀ ਧਨੀ ਬੜੀ ਸ਼ਰਧਾ ਨਾਲ ਆਏ ਨੇ ਸਤਿ ਸ੍ਰੀ ਅਕਾਲ ਪਿਆਰ ਕਵੀਆਂ ਨੂੰ ਕਰਦੇ ਸੀ ਪਿਆਰ ਕਵੀਆਂ ਨੂੰ ਕਰਦੇ ਸੀ ਮੋਹਰਾਂ ਨਾਲ ਦਸਮ ਪਾਤਸ਼ਾਹ ਚੋਲੀ ਕਵੀਆਂ ਦੀ ਪਰਦੇ ਸੀ ਮੋਹਰਾਂ ਨਾਲ ਦਸਮ ਪਾਤਸ਼ਾਹ ਕਿ ਚੋਲੀ ਕਵੀਆਂ ਦੀ ਪਰਦੇਸੀ ਕਵੀਆਂ ਬਾਰੇ ਕਵੀ ਕਵਿਤਾ ਜਦੋਂ ਬੋਲਦਾ ਏ ਕਵੀ ਕਵਿਤਾ ਜਦੋਂ ਬੋਲਦਾ ਏ ਸੁਣ ਇਤਿਹਾਸ ਸਿੱਖੀ ਦਾ ਖੂਨ ਖਾਲਸੇ ਦਾ ਖੋਲਦਾ ਏ ਸੁਣ ਇਤਿਹਾਸ ਸਿੱਖੀ ਦਾ ਖੂਨ ਖਾਲਸੇ ਦਾ ਖੋਲਦਾ ਏ ਲਾਸਟ ਪਿਆਰਾ ਸਾਧ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਸਦਾਈ ਸਹਾਈ ਹੋਵੇ ਸਤਿਗੁਰ ਸਦਾਈ ਸਹਾਈ ਹੋਵੇ ਕਵੀ ਕਾਰਜਸ਼ਾਲਾ ਅਤੇ ਸਨਮਾਨ ਸਮਾਰੋਹ ਦੀ ਲੱਖ ਲੱਖ ਜੀ ਵਧਾਈ ਹੋਵੇ ਦੱਸੀ ਜਾਂਦੀ ਨਾ ਕਹਾਣੀ ਸਭ ਕੁਛ ਵਾਰ ਸੁਤਾ ਇਹ ਤਾਂ ਪੁੱਤਰਾਂ ਦਾ ਦਾਨੀ ਸਭ ਕੁਛ ਵਾਰ ਸੁਤਾ
ਇਹ ਤਾਂ ਪੁੱਤਰਾਂ ਦਾ ਦਾਨੀ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।